ਉਸ ਮੁਲਕ ਦੀ ਨਵੀਂ ਸਰਕਾਰ ਦੀ ਗੱਲ ਕਰਾਂਗੇ ਜਿੱਥੋਂ ਆਏ ਗੋਰਿਆਂ ਨੇ ਦਹਾਕਿਆਂ ਤੱਕ ਭਾਰਤ ਨੂੰ ਗੁਲਾਮ ਬਣਾ ਕੇ ਰੱਖਿਆ ਗੱਲ ਕਰ ਰਹੇ ਹਾਂ ਬਰਤਾਨੀਆਂ ਦੀ ਜਿੱਥੇ 1947 ਦੇ ਵਿੱਚ ਭਾਰਤ ਦੀ ਆਜ਼ਾਦੀ ਦੀ ਹਾਮੀ ਭਰਨ ਵਾਲੀ ਲੇਬਰ ਪਾਰਟੀ ਨੇ ਆਮ ਚੋਣਾਂ ਦੇ ਵਿੱਚ ਇਤਿਹਾਸਿਕ ਜਿੱਤ ਹਾਸਲ ਕੀਤੀ ਹੈ ਇੱਕ ਮਜ਼ਦੂਰ ਪਿਤਾ ਦਾ ਪੁੱਤ ਕੀਰ ਸਟਾਰਮਰ ਹੁਣ ਬਤਾਲੀਆਂ ਦਾ ਅਗਲਾ ਪ੍ਰਧਾਨ ਮੰਤਰੀ ਬਣੇਗਾ ਕੀਰ ਸਟਾਰਮਰ ਦੀ ਅਗਵਾਈ ਦੇ ਵਿੱਚ ਲੇਬਰ ਪਾਰਟੀ ਨੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਅਗਵਾਈ ਵਾਲੀ ਕਨਜ਼ਰਵੇਟਿਵ ਪਾਰਟੀ ਨੂੰ 200 ਸਾਲਾਂ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਤੇ ਕਰਾਰੀ ਹਾਰ ਦਿੱਤੀ ਹੈ ਇਸ ਦੌਰਾਨ ਇਹਨਾਂ ਚੋਣਾਂ ਦੇ ਵਿੱਚ 9 ਪੰਜਾਬੀਆਂ ਦੀ ਵੀ ਜਿੱਤ ਹੋਈ ਹੈ ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਰਿਸ਼ੀ ਸੁਨਕ ਦੀ ਸੱਤਾ ਤੋਂ 14 ਸਾਲਾਂ ਬਾਅਦ ਵਿਦਾਈ ਹੋਈ ਹੈ ਸੁਨਕ ਨੇ ਆਪਣੀ ਪਾਰਟੀ ਦੀ ਹਾਰ ਕਬੂਲ ਕਰ ਲਈ ਅਤੇ ਆਪਣੇ ਸੰਸਦ ਦੀ ਹਲਕੇ ਰਿਚਮੰਡ ਤੇ ਉਤਰੀ ਅਲਰਟਨ ਦੇ ਵਿੱਚ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਇਸ ਹਾਰ ਦੀ ਜ਼ਿੰਮੇਵਾਰੀ ਲੈਂਦਾ ਹਾਂ ਤੇ ਸਾਰਿਆਂ ਤੋਂ ਮਾਫੀ ਮੰਗਦਾ ਹਾਂ ਸੁਨਕ ਨੇ ਕੀਰ ਸਟਾਰਮਰ ਨੂੰ ਵੀ ਲੇਬਰ ਪਾਰਟੀ ਜਿੱਤਣ ਤੇ ਵਧਾਈ ਦੇਣ ਲਈ ਫੋਨ ਕੀਤਾ ਕਹਿੰਦੇ ਸ਼ਾਂਤੀਪੂਰਵਕ ਢੰਗ ਨਾਲ ਸੱਤਾ ਦਾ ਤਬਾਦਲਾ ਹੋਵੇਗਾ ਭਾਰਤੀ ਸਮੇਂ ਮੁਤਾਬਿਕ ਸ਼ਾਮ 4 ਵਜੇ ਤੱਕ ਦੇ ਨਤੀਜਿਆਂ ਦੇ ਮੁਤਾਬਿਕ 650 ਦੇ ਵਿੱਚੋਂ ਲੇਬਰ ਪਾਰਟੀ ਨੇ 410 ਤੋਂ ਵੱਧ ਸੀਟਾਂ ਤੇ ਜਿੱਤ ਹਾਸਲ ਕਰ ਲਈ ਸੀ ਕੰਜ਼ਰਵੇਟਿਵ ਪਾਰਟੀ ਨੂੰ ਸਿਰਫ 119 ਸੀਟਾਂ ਮਿਲੀਆਂ ਬਰਤਾਨੀਆ ਵਿੱਚ ਲੇਬਰ ਪਾਰਟੀ ਨੂੰ ਸ਼ਾਨਦਾਰ ਜਿੱਤ ਮਿਲਣ ਦੀ ਸੰਭਾਵਨਾ ਨੂੰ ਇੱਕ ਵੱਡਾ ਚਮਤਕਾਰ ਵੀ ਮੰਨਿਆ ਜਾ ਰਿਹਾ ਹੈ ਇਹ ਚਮਤਕਾਰ ਕੀਰ ਸਟਾਮਰ ਦੀ ਅਗਵਾਈ ਹੇਠ ਲੇਬਰ ਪਾਰਟੀ ਨੇ ਕੀਤਾ ਹੈ ਅਪ੍ਰੈਲ 2020 ਦੇ ਵਿੱਚ ਖੱਬੇਪੱਖੀ ਜਰਮੀ ਕੋਰਬਨ ਦੀ ਥਾਂ ਲੇਬਰ ਪਾਰਟੀ ਦੀ ਸਾਂਭਣ ਵਾਲੇ ਸਟਾਰਮਰ ਹੁਣ ਬਰਤਾਨੀਆਂ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ ਸਟਾਰਮਰ ਦਾ ਜਨਮ 1963 ਦੇ ਵਿੱਚ ਸਰੀਚ ਇੱਕ ਮਜ਼ਦੂਰ ਸ਼੍ਰੇਣੀ ਦੇ ਪਰਿਵਾਰ ਚ ਹੋਇਆ ਸੀ ਇੱਕ ਕਾਮੇ ਦੇ ਘਰੇ ਹੋਇਆ ਸੀ ਉਹਨਾਂ ਦਾ ਪਿਤਾ ਔਜ਼ਾਰ ਬਣਾਉਣ ਵਾਲਾ ਕਾਮਾ ਸੀ ਤੇ ਮਾਂ ਇੱਕ ਨਰਸ ਸੀ ਸਟਾਰਮਰ ਦੇ ਮਾਤਾ ਪਿਤਾ ਸਮਾਜਵਾਦ ਵਿੱਚ ਵਿਸ਼ਵਾਸ ਰੱਖਦੇ ਸਨ ਇਸ ਲਈ ਉਹਨਾਂ ਨੇ ਲੇਬਰ ਪਾਰਟੀ ਦੇ ਸੰਸਥਾਪਕ ਕੀਰ ਹਾਰਡੀ ਨੂੰ ਸ਼ਰਧਾਂਜਲੀ ਦੇਣ ਵਜੋਂ ਹੀ ਸਟਾਰਮਰ ਦੇ ਨਾਂ ਵਿੱਚ ਕੀਰ ਸ਼ਬਦ ਜੋੜਿਆ ਅਤੇ ਨਾਮ ਕੀਰ ਸਟਾਰਮਰ ਰੱਖਿਆ ਤੇ ਇਹਨਾਂ ਆਮ ਚੋਣਾਂ ਦੇ ਵਿੱਚ ਜਿਹੜੇ ਪੰਜਾਬੀ ਮੂਲ ਦੇ ਕਰੀਬ 9 ਐਮਪੀ ਚੋਣ ਜਿੱਤਣ ਦੇ ਵਿੱਚ ਸਫਲ ਰਹੇ ਨੇ ਉਹਨਾਂ ਚੋਂ ਬਹੁਤੇ ਲੀਡਰ ਸੱਤਾ ਵਿੱਚ ਆਈ ਲੇਬਰ ਪਾਰਟੀ ਦੀ ਟਿਕਟ ਤੇ ਚੋਣ ਜਿੱਤੇ ਹਨ ਜਿਹੜਾ ਸਭ ਤੋਂ ਅਹਿਮ ਨਾਮ ਹੈ ਉਹ ਲੇਬਰ ਪਾਰਟੀ ਦੇ ਤਨਮਨਜੀਤ ਸਿੰਘ ਢੇਸੀ ਦਾ ਹੈ ਮੂਲ ਰੂਪ ਤੋਂ ਪੰਜਾਬ ਦੇ ਜਲੰਧਰ ਦੇ ਰਹਿਣ ਵਾਲੇ ਨੇ ਪੰਜਾਬ ਅਕਸਰ ਹੀ ਆਉਂਦੇ ਜਾਂਦੇ ਰਹਿੰਦੇ ਨੇ ਤੀਜੀ ਵਾਰ ਇਹ ਸੰਸਦ ਬਣੇ ਨੇ ਤੇ ਇਹਨਾਂ ਦੇ ਨਾਮ ਇੱਕ ਰਿਕਾਰਡ ਵੀ ਕਾਇਮ ਹੈ ਕਿ ਬਰਤਾਨੀਆਂ ਦੇ ਵਿੱਚ ਇਹ ਜਿੱਤਣ ਵਾਲੇ ਜਾਂ ਫਿਰ ਐਮਪੀ ਬਣਨ ਵਾਲੇ ਪਹਿਲੇ ਦਸਤਾਰਦਾਰ ਸਿੱਖ ਸੰਸਦ ਮੈਂਬਰ ਹਨ ਇਸ ਵਾਰ ਯੂਕੇ ਦੇ ਚੋਣਾਂ ਦੇ ਵਿੱਚ ਉੱਥੋਂ ਦੀਆਂ ਸਿਆਸੀ ਪਾਰਟੀਆਂ ਨੇ 100 ਤੋਂ ਵੱਧ ਭਾਰਤੀ ਮੂਲ ਦੇ ਲੋਕਾਂ ਨੂੰ ਟਿਕਟ ਦਿੱਤੀ ਜਿਨ੍ਹਾਂ ਵਿੱਚ ਲੇਬਰ ਪਾਰਟੀ ਨੇ ਸਭ ਤੋਂ ਵੱਧ ਟਿਕਟਾਂ ਪੰਜਾਬੀਆਂ ਨੂੰ ਦਿੱਤੀਆਂ ਟੈਸੀ ਤੋਂ ਇਲਾਵਾ ਬਰਮਿੰਗਮ ਐਡਸ ਵੈਸਟਰਨ ਤੋਂ ਲੇਬਰ ਪਾਰਟੀ ਦੀ ਪ੍ਰੀਤਕੌਰ ਗਿੱਲ ਵੀ ਤੀਜੀ ਵਾਰੀ ਚੋਣ ਜਿੱਤੀ ਹੈ ਜਿਨ੍ਹਾਂ ਨੂੰ ਪਹਿਲੀ ਮਹਿਲਾ ਸਿਕ ਸੰਸਦ ਮੈਂਬਰ ਹੋਣ ਦਾ ਮਾਣ ਹਾਸਲ ਹੈ ਜਸ ਅਠਵਾਲ ਵੀ ਇਲਫੋਰਡ ਸਾਊਥ ਤੋਂ ਚੋਣ ਜਿੱਤ ਗਏ ਨੇ ਹਰਪ੍ਰੀਤ ਕੌਰ ਉੱਪਲ ਵੀ ਪੰਜਾਬੀ ਮੂਲ ਦੀ ਹੈ ਲੇਬਰ ਪਾਰਟੀ ਦੀ ਟਿਕਟ ਤੇ ਹਡਰਸਫੀਲਡ ਤੋਂ ਚੋਣ ਲੜੀ ਸੀ ਇਸੇ ਤਰ੍ਹਾਂ ਵਰਿੰਦਰ ਜਸ ਵੀ ਲੇਬਰ ਪਾਰਟੀ ਦੀ ਟਿਕਟ ਤੇ ਚੋਣ ਜਿੱਤ ਗਏ ਹਨ ਉਹਨਾਂ ਨੇ ਵੁਲਵਰਹੈਂਪਟਨ ਵੈਸਟ ਤੋਂ ਚੋਣ ਜਿੱਤੀ ਗੁਰਿੰਦਰ ਸਿੰਘ ਜੋਸਨ ਵੀ ਸਮਾਤਵਿਕ ਸੰਸਦ ਦੀ ਹਲਕੇ ਤੋਂ ਚੋਣ ਜਿੱਤ ਤਨ ਵਿੱਚ ਕਾਮਯਾਬ ਹੋਏ ਨੇ ਲੇਬਰ ਪਾਰਟੀ ਨੂੰ ਬਰਤਾਨੀਆਂ ਦੇ ਸਿੱਖਾਂ ਦੀ ਹਮੇਸ਼ਾ ਹਮਾਇਤ ਮਿਲਦੀ ਹੈ ਐਤਕੀ ਵੀ ਜੇ ਚੋਣਾਂ ਦੇ ਵਿੱਚ ਦੇਖ ਲਈਏ ਤਾਂ 18 ਲੱਖ ਭਾਰਤੀਆਂ ਨੇ ਇਹਨਾਂ ਚੋਣਾਂ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਜਿਹੜੇ ਉੱਥੇ ਵੱਸਦੇ ਨੇ ਹਾਲਾਂਕਿ ਜ਼ਿਆਦਾ ਜਿਹੜੀ ਗਿਣਤੀ ਦੇ ਵਿੱਚ ਭਾਈਚਾਰੇ ਨੇ ਉਹਨਾਂ ਨੇ ਲੇਬਰ ਪਾਰਟੀ ਨੂੰ ਹੀ ਸਪੋਰਟ ਕੀਤੀ ਸਿਰਫ Hindu ਭਾਈਚਾਰੇ ਨੇ ਕੰਜ਼ਰਵੇਟਿਵ ਪਾਰਟੀ ਨੂੰ ਸਮਰਥਨ ਦਿੱਤਾ ਇਸ ਵਾਰੀ ਲੇਬਰ ਪਾਰਟੀ ਨੇ ਸਿੱਖਾਂ ਨਾਲ ਵਾਅਦਾ ਕੀਤਾ ਸੀ ਕਿ 1984 ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਦੇ ਵਿੱਚ ਤਤਕਾਲੀ ਕੰਜ਼ਰਵੇਟਿਵ ਪਾਰਟੀ ਦੀ ਪ੍ਰਧਾਨ ਮੰਤਰੀ ਦੀ ਭੂਮਿਕਾ ਦੀ ਜਾਣਕਾਰੀ ਨੂੰ ਜਨਤਕ ਕਰਨਗੇ ਲੰਬੇ ਸਮੇਂ ਤੋਂ ਇਹ ਮੰਗ ਬਰਤਾਨੀਆਂ ਦੇ ਵਿਸ਼ਵਾਸ ਦੇ ਸਿੱਖਾਂ ਵੱਲੋਂ ਕੀਤੀ ਜਾ ਰਹੀ ਸੀ ਸੋ ਹੁਣ ਲੇਬਰ ਪਾਰਟੀ ਦੀ ਸਰਕਾਰ ਬਣ ਗਈ ਹੈ ਤੇ ਸਰਕਾਰ ਨੂੰ ਇਹ ਜਿਹੜਾ ਵਾਅਦਾ ਸਿੱਖ ਭਾਈਚਾਰੇ ਦੇ ਨਾਲ ਕੀਤਾ ਗਿਆ ਹੈ ਉਸ ਨੂੰ ਪੂਰਾ ਕਰਨਾ ਹੀ ਹੋਵੇਗਾ ਕਿਉਂਕਿ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਸਿਆਸੀ ਪਾਰਟੀਆਂ ਹੁੰਦੀਆਂ ਨੇ ਉਹ ਲੋਕਾਂ ਨੂੰ ਜਵਾਬ ਦੇ ਹੁੰਦੀਆਂ ਨੇ ਜਿਹੜਾ ਉਹਨਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਉਹਨਾਂ ਨੂੰ ਸੋਚ ਸਮਝ ਕੇ ਕਰਨਾ ਪੈਂਦਾ ਤੇ ਉਸ ਵਾਅਦੇ ਨੂੰ ਪੂਰਾ ਉਹਨਾਂ ਨੇ ਕਰਨਾ ਹੀ ਹੁੰਦਾ ਹੈ ਨਹੀਂ ਤਾਂ ਫਿਰ ਉੱਥੋਂ ਦੇ ਲੋਕ ਸਬਕ ਸਿਖਾ ਦਿੰਦੇ ਨੇ ਸਾਰੇ ਜਾਗਰੂਕ ਨੇ ਸਭ ਨੂੰ ਪਤਾ ਹੈ ਸਾਡੇ ਹੱਕ ਕੀ ਨੇ ਅਤੇ ਸਿਆਸੀ ਲੀਡਰਾਂ ਦੇ ਫਰਜ਼ ਕੀ ਨੇ ਜਿਨ੍ਹਾਂ ਨੂੰ ਵੋਟਾਂ ਪਾ ਕੇ ਸੱਤਾ ਦਿਵਾਉਂਦੇ ਨੇ ਐਨੀ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਕੀਰ ਸਟਾਮਰ ਨੇ ਵੀ ਵੋਟਰਾਂ ਦਾ ਧੰਨਵਾਦ ਕੀਤਾ ਆਪਣੇ ਹਮਾਇਤਿਆਂ ਦੇ ਰੋਲੇ ਰੱਪੇ ਦੇ ਵਿੱਚ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਇਹ ਵਧੀਆ ਲੱਗਦਾ ਹੈ ਵੋਟਰਾਂ ਦਾ ਧੰਨਵਾਦ ਕਰਦੇ ਹਾਂ ਕਿ ਹਾਂ ਕਹਿੰਦੇ ਤੁਸੀਂ ਦੇਸ਼ ਬਦਲ ਦਿੱਤਾ ਹੈ ਅਜਿਹਾ ਮੰਡੇਟ ਵੱਡੀ ਜ਼ਿੰਮੇਵਾਰੀ ਨਾਲ ਹੀ ਆਉਂਦਾ ਹੈ ਸਾਨੂੰ ਸਿਆਸਤ ਨੂੰ ਮੁੜ ਲੋਕ ਸੇਵਾ ਵੱਲ ਕੋੜਨਾ ਪਵੇਗਾ ਰਾਜਸ਼ਾਹੀ ਵਾਲ ਨਹੀਂ ਕਹਿੰਦੇ ਸਾਡੀ ਸਰਕਾਰ ਦਿਖਾਉਗੀ ਕਿ ਚੰਗਿਆਈ ਦੇ ਲਈ ਤਾਕਤ ਹੋ ਸਕਦੀ ਹੈ ਸੋ ਬਰਤਾਨੀਆਂ ਦੀਆਂ ਚੋਣਾਂ ਦੇ ਵਿੱਚ ਜਿੱਤਣ ਵਾਲੇ ਹਰ ਐਮਪੀ ਖਾਸ ਕਰਕੇ ਪੰਜਾਬੀ ਮੈਂਬਰ ਪਾਰਲੀਮੈਂਟਾਂ ਨੂੰ ਅਸੀਂ ਵੀ ਵਧਾਈ ਭੇਜਦੇ ਹਾਂ